ਸਭਾ ਸੈਨਿਕ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਵੱਲੋਂ ਦੀ ਬਰਨਾਲਾ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਭਰ ਤੋਂ ਪੂਰਵ ਸੈਨਿਕਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਰੈਲੀ ਵਿੱਚ ਸ਼ਹੀਦ ਸੈਨਿਕਾਂ ਦੀ ਵਿਧਵਾ ਪਤਨੀਆਂ ਦੇ ਵੱਲੋਂ ਦੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ, ਜਿਨ੍ਹਾਂ ਨੂੰ ਸੁਸਾਇਟੀ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਹ ਜਿਹੜਾ ਫੰਕਸ਼ਨ ਸੀਗਾ ਜੀ, ਇੱਕ ਆਪਣੇ ਸਾਬਕਾ ਸੈਨਿਕ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਰੱਖਿਆ ਗਿਆ ਸੀਗਾ, ਅਤੇ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਕਿ ਸਾਰੇ ਹੀ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਉੱਘੇ ਬੰਦੇ ਨੇ ਸਾਰਿਆਂ ਨੂੰ ਬੁਲਾਇਆ ਜਾਵੇ ਤਾਂ ਕਿ ਜਿਹੜੀ ਸਾਡੀ ਮੁਸ਼ਕਲਾਂ ਨੇ ਉਹਨਾਂ ਨੂੰ ਅਸੀਂ ਬਹੁਤ ਹੱਦ ਤੱਕ ਜਿਹੜਾ ਹੈਗਾ ਉਸਦਾ ਸਮਾਧਾਨ ਕਰ ਸਕੀਏ। ਸਾਬਕਾ ਸੈਨਿਕ ਯੂਨਾਈਟਿਡ ਸੁਸਾਇਟੀ ਵੱਲੋਂ ਫੰਕਸ਼ਨ ਕੀਤਾ ਗਿਆ, ਉਹਦੇ ਵਿੱਚ ਇਹਨਾਂ ਨੇ ਸਾਨੂੰ ਕੁਝ ਆਪਦੀਆਂ ਜਿਹੜੀਆਂ ਪ੍ਰੋਬਲਮਸ ਸੀਗੀਆਂ ਉਹਨਾਂ ਬਾਰੇ ਦੱਸਿਆ ਸਾਨੂੰ। ਇੱਕ ਤਾਂ ਜਿਹੜੀ ਇਹਨਾਂ ਦੀ ਮੇਨ ਪ੍ਰੋਬਲਮ ਹੈ, ਇਹਨਾਂ ਦਾ ਆਪਣਾ ਪ੍ਰੋਪਰ ਆਫਿਸ ਹੈ ਨਹੀਂ, ਜਾਂ ਕੰਟੀਨ ਹੈ ਜਾਂ ਕੋਈ ਹੋਸਪਿਟਲ ਦੀ ਗੱਲ ਕੀਤੀ ਹੈ। ਬੇਸਿਕਲੀ ਉਹਨਾਂ ਦੇ ਵਾਸਤੇ ਸਭ ਤੋਂ ਪਹਿਲਾਂ ਲੈਂਡ ਦੀ ਜ਼ਰੂਰਤ ਹੁੰਦੀ ਹੈ। ਅਸੀਂ ਮੈਂ ਜਾ ਕੇ ਮਾਨਯੋਗ ਡੀ ਸਾਹਿਬ ਨਾਲ ਗੱਲ ਕਰਾਂਗਾ, ਅਸੀਂ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਕਿਸੇ ਗ੍ਰਾਮ ਪੰਚਾਇਤ ਦੀ ਕੋਈ ਲੈਂਡ, ਜਿਹੜੀ ਵੀ ਕੋਈ ਢੁਕਵੀਂ ਜਗ੍ਹਾ ਹੋਊਗੀ ਉਹ ਉਹਨਾਂ ਨੂੰ ਅਸੀਂ ਅਵੇਲੇਬਲ ਕਰਵਾਵਾਂਗੇ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।